ਸਟੇਜ ਗਵਰਨਮੈਂਟ ਆਫ ਇੰਡੀਆ ਦਾ ਪ੍ਰੋਗਰਾਮ ਤਾਂ ਇੱਕੋ ਹੀ ਆ ਜੀ, ਪ੍ਰੋਗਰਾਮ ਹੀ ਗਵਰਨਮੈਂਟ ਆਫ ਇੰਡੀਆ ਦਾ। ਸੋ ਐਵਰੀਬਡੀ ਸ਼ੁੱਡ ਬੀ ਪਾਰਟ ਆਫ ਦ ਸਟੇਜ ਐਂਡ ਲਾਈਕ ਐਸ ਏ ਆਈ ਸੀ ਪੀ ਕਮਸ ਅੰਡਰ ਗਵਰਨਮੈਂਟ ਆਫ ਇੰਡੀਆ ਡੋਮੇਨ, ਉਹਨੂੰ ਨਹੀਂ ਕੋਈ ਬਦਲ ਸਕਦਾ। ਜਿਹੜਾ ਲਾਂਘਾ ਖੋਲ੍ਹਣਾ ਉਹ ਪੰਜਾਬ ਗਵਰਨਮੈਂਟ ਜਾਂ ਕੋਈ ਨਹੀਂ ਖੋਲ੍ਹ ਸਕਦੀ, ਉਹ ਗਵਰਨਮੈਂਟ ਆਫ ਇੰਡੀਆ ਨੇ ਖੋਲ੍ਹਣਾ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਸਟੇਜਾਂ ਦੀ ਸਿਆਸਤ ਸ਼ਿਖਰਾਂ 'ਤੇ ਹੈ। ਪਹਿਲਾਂ ਸਟੇਜਾਂ ਵੱਖੋ ਵੱਖਰੀਆਂ ਲਾਉਣ ਨੂੰ ਲੈ ਕੇ ਮਾਮਲਾ ਭਖਿਆ ਹੋਇਆ ਸੀ ਅਤੇ ਹੁਣ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਹੜੀ ਸਟੇਜ 'ਤੇ ਬੈਠਣਗੇ, ਇਸ ਨੂੰ ਲੈ ਕੇ ਕਾਂਗਰਸ ਅਤੇ ਅਕਾਲੀ ਦਲ ਦੇ ਸਿੰਘ ਫਸੇ ਹੋਏ ਨੇ। ਅਜਿਹੇ ਵਿੱਚ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਸਰਕਾਰ ਦੀ ਨਹੀਂ ਸਗੋਂ ਸ਼੍ਰੋਮਣੀ ਕਮੇਟੀ ਦੀ ਧਾਰਮਿਕ ਸਟੇਜ 'ਤੇ ਪਹੁੰਚਣਗੇ। ਉਹਨਾਂ ਕਿਹਾ ਕਿ ਕਰਤਾਰਪੁਰ ਲਾਂਘਾ ਪੰਜਾਬ ਸਰਕਾਰ ਨੇ ਨਹੀਂ ਸਗੋਂ ਭਾਰਤ ਸਰਕਾਰ ਨੇ ਖੋਲ੍ਹਣਾ ਹੈ, ਕਿਉਂਕਿ ਕੌਮਾਂਤਰੀ ਮੁੱਦੇ ਕੇਂਦਰ ਸਰਕਾਰ ਹੀ ਹੱਲ ਕਰਦੀ ਹੈ, ਨਾ ਕਿ ਪੰਜਾਬ ਸਰਕਾਰ। ਇਸ਼ੂ ਕੀ ਹੈ ਜੀ, ਪ੍ਰੋਗਰਾਮ ਹੈ ਗਵਰਨਮੈਂਟ ਆਫ ਇੰਡੀਆ ਦਾ, ਆਈ ਸੀ ਪੀ ਕਮਸ ਅੰਡਰ ਗਵਰਨਮੈਂਟ ਆਫ ਇੰਡੀਆ। ਹਾਂਜੀ, ਪਿਛਲੀ ਵਾਰੀ ਵੀ ਵੈਨ ਇਹ ਜਿਹਾ ਚਿਦੰਬਰਮ ਸਾਹਿਬ ਨੇ ਇੱਕ ਵਾਰੀ ਪ੍ਰੋਗਰਾਮ ਕੀਤਾ ਸੀਗਾ ਜਦੋਂ ਆਈ ਸੀ ਪੀ ਵਾਹਗਾ ਬਣਿਆ, ਉਦੋਂ ਵੀ ਪ੍ਰੋਗਰਾਮ ਵਾਹਗੇ 'ਚ ਹੋਇਆ ਸੀ ਅਤੇ ਆਈ ਸੀ ਪੀ ਚਿਦੰਬਰਮ ਸਾਹਿਬ ਦੀ ਗਵਰਨਮੈਂਟ ਆਫ ਇੰਡੀਆ ਹੇਠ ਹੋਇਆ ਸੀ। ਸੋ ਕੋਈ ਹੋਰ ਸਟੇਜ ਲਾ ਰਿਹਾ, ਕਿਉਂ ਲਾ ਰਿਹਾ, ਆਈ ਨੋਟ ਕਮੈਂਟ ਆਫ ਇਟ, ਬਟ ਸਟੇਜ ਗਵਰਨਮੈਂਟ ਆਫ ਇੰਡੀਆ ਦਾ ਪ੍ਰੋਗਰਾਮ ਤਾਂ ਇੱਕੋ ਹੀ ਆ ਜੀ, ਪ੍ਰੋਗਰਾਮ ਹੀ ਗਵਰਨਮੈਂਟ ਆਫ ਇੰਡੀਆ ਦਾ, ਕਿਉਂਕਿ ਇਟਸ ਰਿਲੇਟਡ ਵਿਦ ਇੰਟਰਨੈਸ਼ਨਲ ਬਾਊਂਡਰੀਜ਼। ਇੰਟਰਨੈਸ਼ਨਲ ਬਾਊਂਡਰੀਜ਼, ਐਵਰੀਥਿੰਗ ਇਜ਼ ਗਵਰਨਮੈਂਟ ਆਫ ਇੰਡੀਆ ਰਿਲੇਟਡ। ਸੋ ਦ ਕੁਐਸਚਨ ਆਫ ਵਾਈ ਅਨਦਰ ਸਟੇਜ ਔਰ ਨੈਕਸਟ ਸਟੇਜ, ਆਈ ਡੋਂਟ ਸੀ ਦ ਰੀਜ਼ਨ, ਬਟ ਸਿੰਸ ਇਟ ਇਜ਼ ਅ ਗਵਰਨਮੈਂਟ ਆਫ ਇੰਡੀਆਜ਼ ਫੰਕਸ਼ਨ, ਬਿਕੋਜ਼ ਇਟ ਰਿਲੇਟਸ ਟੂ ਇੰਟਰਨੈਸ਼ਨਲ ਬਾਊਂਡਰੀਜ਼, ਇਟ ਰਿਲੇਟਸ ਟੂ ਆਈ ਸੀ ਪੀ ਉਹ ਔਰ ਅਕਾਲ ਤਖਤ ਸਾਹਿਬ ਦੇ ਜਹੇਦਾਰ ਸਾਹਿਬ ਦਾ ਵੀ ਜੋ ਹੁਕਮ ਸੀ, ਫਰਮਾਨ ਸੀ, ਉਸ ਨੂੰ ਤੇ ਵੀ ਫੁੱਲ ਚੜਾਉਂਦੇ। ਪ੍ਰਧਾਨ ਮੰਤਰੀ ਸਾਹਿਬ ਨੇ ਵੀ ਕਿਹਾ ਕਿ ਇਹ ਸਟੇਜ 'ਤੇ ਸਾਰੇ ਆਉਣ। ਸੋ ਐਵਰੀਬਡੀ ਸ਼ੁੱਡ ਬੀ ਪਾਰਟ ਆਫ ਦ ਸਟੇਜ ਐਂਡ ਲਾਈਕ ਐਸ ਏ ਆਈ ਸੀ ਪੀ ਕਮਸ ਅੰਡਰ ਗਵਰਨਮੈਂਟ ਆਫ ਇੰਡੀਆ ਡੋਮੇਨ, ਉਹਨੂੰ ਨਹੀਂ ਕੋਈ ਬਦਲ ਸਕਦਾ। ਔਰ ਉਹ ਜਿਹੜਾ ਲਾਂਘਾ ਖੋਲ੍ਹਣਾ ਉਹ ਪੰਜਾਬ ਗਵਰਨਮੈਂਟ ਜਾਂ ਕੋਈ ਨਹੀਂ ਖੋਲ੍ਹ ਸਕਦੀ, ਉਹ ਗਵਰਨਮੈਂਟ ਆਫ ਇੰਡੀਆ ਨੇ ਖੋਲ੍ਹਣਾ। ਸੋ ਜੋ ਉਹਨਾਂ ਦਾ ਪ੍ਰੋਗਰਾਮ ਆ, ਉਹਨਾਂ ਦੇ ਪ੍ਰੋਗਰਾਮ 'ਚ ਸਾਰੇ ਆਉਣ, ਔਰ ਅਕਾਲ ਤਖਤ ਸਾਹਿਬ ਦੇ ਜਹੇਦਾਰ ਸਾਹਿਬ ਦਾ ਵੀ ਇਹ ਫਰਮਾਨ ਹੈ। ਔਰ ਉਸ ਗੱਲ 'ਤੇ ਗਵਰਨਮੈਂਟ ਆਫ ਇੰਡੀਆ ਨੇ ਜਿਵੇਂ ਪਹਿਲਾਂ ਪਟਨਾ ਸਾਹਿਬ 'ਚ ਜਦ ਪ੍ਰੋਗਰਾਮ ਹੋਇਆ ਸੀ ਉਦੋਂ ਨਿਤੀਸ਼ ਕੁਮਾਰ ਜੀ ਨੇ, ਸਾਰੀ ਗਵਰਨਮੈਂਟਸ ਨੇ, ਇਸ 'ਤੇ ਵੀ ਐਸ ਜੀ ਪੀ ਸੀ ਨੂੰ ਉਹਨਾਂ ਨੇ ਧਾਰਮਿਕ ਸਟੇਜ ਦਿੱਤੀ, ਔਰ ਲਾਈਕ ਚੀਮਾ ਸਾਹਿਬ ਹੈ ਸੁਜੈਸਟਿਡ ਦੈਟ ਦਿਸ ਇਜ਼ ਇਹ ਪੋਲੀਟੀਕਲ ਸਟੇਜ ਨਹੀਂ ਹੈ, ਇਹ ਰਿਲੀਜੀਅਸ ਸਟੇਜ ਆ, ਕਿਉਂਕਿ ਪਹਿਲਾਂ ਅਖੰਡ ਪਾਠ ਸਾਹਿਬ ਰਖਾਏ ਜਾ ਰਹੇ ਆ, ਫਿਰ ਉੱਥੇ ਪਹਿਲਾਂ ਕੀਰਤਨ ਹੋਣਾ, ਔਰ ਅਰਦਾਸ ਹੋ ਕੇ ਗੁਰੂ ਸਾਹਿਬ ਦੀ ਹੁਕਮਨਾਮਾ ਬਖਸ਼ਿਸ਼ ਲੈ ਕੇ ਫਿਰ ਉੱਥੇ ਆਪਦਾ ਅਗਲਾ ਪ੍ਰੋਗਰਾਮ ਸ਼ੁਰੂ ਹੋਣਾ। ਵਿਕਰਮ ਜੀ, ਇਨ ਪ੍ਰੋਟੋਕੋਲ ਦਾ ਵਾਈਸ ਪ੍ਰੈਜ਼ੀਡੈਂਟ ਇਜ਼ ਵੇ ਅਹੈਡ ਆਫ ਦ ਚੀਫ ਮਿਨਿਸਟਰ, ਬਟ ਚੀਫ ਮਿਨਿਸਟਰ ਇਜ਼ ਕਲੇਮਿੰਗ ਦੈਟ ਹੀ ਵਿਲ ਬੀ ਲੀਡਿੰਗ ਦ ਜੱਥਾ, ਐਂਡ ਔਨ ਦ ਅਦਰ ਹੈਂਡ ਦ ਵਾਈਸ ਪ੍ਰੈਜ਼ੀਡੈਂਟ ਇਜ਼ ਪਾਜ਼ਲਡ ਇਸ ਸੇਮ ਦੈਟ ਦ ਵਾਈਸ ਪ੍ਰੈਜ਼ੀਡੈਂਟ। ਸੋ ਯੂ ਤੁਸੀਂ ਰਵੀ ਜੀ, ਵੈਰੀ ਗੁੱਡ ਕੁਐਸਚਨ ਯੂ ਆਸਕ ਨਾਓ, ਵਾਟ ਦ ਚੀਫ ਮਿਨਿਸਟਰ ਇਜ਼ ਸੇਇੰਗ, ਆਈ ਕੈਨ ਨਾਟ ਕਮੈਂਟ ਔਨ ਦੈਟ, ਆਈ ਐਮ ਨਾਟ ਅ ਸਪੋਕਸਪਰਸਨ ਫਾਰ ਦ ਚੀਫ ਮਿਨਿਸਟਰ, ਬਟ ਸਿੰਸ ਯੂ ਨੋ ਦ ਪ੍ਰੋਗਰਾਮ ਇਜ਼ ਰਿਲੇਟਡ ਟੂ ਇੰਟਰਨੈਸ਼ਨਲ ਬਾਊਂਡਰੀਜ਼, ਨਾ ਹੂ ਲੀਡਸ ਦ ਜਥਾ ਔਰ ਡਜ਼ਨਟ ਲੀਡ ਦ ਜਥਾ, ਡਿਸੀਜਨ ਇਜ਼ ਨਾਟ ਬਾਏ ਸਟੇਟ ਗਵਰਨਮੈਂਟਸ, ਇਟ ਇਜ਼ ਗੋਇੰਗ ਟੂ ਬੀ, ਇਟ ਇਜ਼ ਐਨ ਇੰਟਰਨੈਸ਼ਨਲ ਇਸ਼ੂ। ਆਈ ਥਿੰਕ ਆਲ ਪੱਤਰਕਾਰ ਸਭ ਆਪਣਾ ਸਭ ਤੋਂ ਨਾਈਵ, ਬੇਸਮਝ ਵੀ ਕਹਿ ਲਓ ਜਾਂ ਬੇਸਿਕ ਸਮਝਦਾਰੀ ਵਾਲੇ ਕਹਿ ਲਓ, ਦੈਟ ਇੰਟਰਨੈਸ਼ਨਲ ਇਸ਼ੂਜ਼
ਆਰ ਓਨਲੀ ਡੈਲਟ ਵਿਦ ਗਵਰਨਮੈਂਟ ਆਫ ਇੰਡੀਆ। ਬਾਕੀ ਜੀ ਇਹ ਸੰਗਤ ਦਾ ਕੰਮ ਹੈ, ਗੁਰੂ ਦੀ ਬਖਸ਼ਿਸ਼ ਹੋਈ ਹੈ, ਗੁਰੂ ਦੀ ਬਖਸ਼ਿਸ਼ ਨਾਲ ਇਹ ਲਾਂਘਾ ਖੁੱਲਿਆ। ਗੁਰੂ ਸਾਹਿਬ ਨੇ, ਮੈਂ ਤਾਂ ਸਮਝਦਾ ਕਿ ਸੱਚੇ ਪਾਤਸ਼ਾਹ ਨੇ ਬੜੀ ਬਖਸ਼ਿਸ਼ ਕੀਤੀ ਹੈ ਕਿ ਦੋਵੇਂ ਸਰਕਾਰਾਂ ਨੂੰ ਪ੍ਰੇਰ ਕੇ ਇਹ ਫੈਸਲਾ ਹੋਇਆ। ਇਸ ਲਈ ਗੁਰੂ ਨਾਨਕ ਨਾਮ ਲੇਵਾ ਸੰਗਤ ਦੀ ਅਰਦਾਸ ਸੁਣੀ ਗਈ ਹੈ। ਬਾਕੀ ਹੁਣ ਜੇ ਕਿਸੇ ਨੂੰ ਢਿੱਡ ਪੀੜ ਹੁੰਦੀ ਹੈ ਕਿ ਮੈਂ ਨਹੀਂ ਲੀਡ ਕਰ ਰਿਹਾ, ਇਹਨੂੰ ਕਰ ਰਿਹਾ, ਕਰਾ ਦੇਣ, ਅਸੀਂ ਤਾਂ ਕਹਿੰਦੇ ਤੁਸੀਂ ਕਰ ਲਓ ਜੀ, ਅਸੀਂ ਤਾਂ ਉਹਦੇ ਮਗਰ ਵੀ ਲੱਗ ਜਾਵਾਂਗੇ। ਲੋਕੀ ਸੰਗਤ ਦਾ ਅਖੀਰ 'ਚ ਗੁਰੂ ਸਾਹਿਬ ਦਾ ਜਿਹੜਾ 550 ਸਾਲਾਂ ਉਹਦੇ 'ਚ ਚਾਰ ਚੰਦ ਲੱਗਣੇ ਚਾਹੀਦੇ ਰਲ ਮਿਲ ਕੇ ਆਪਾਂ ਨੂੰ। ਇਹ ਜਿਵੇਂ ਲਾਂਘੇ ਨੂੰ ਲੈ ਕੇ ਚੱਲ ਰਹੀ ਕ੍ਰੈਡਿਟ ਵਾਰ 'ਤੇ ਵੀ ਬਿਕਰਮ ਮਜੀਠੀਆ ਨੇ ਕਾਂਗਰਸ ਨੂੰ ਚੰਗੀ ਤਰ੍ਹਾਂ ਰਗੜੇ ਲਾਏ ਨੇ। ਉਹਨਾਂ ਕਿਸੇ ਵੀ ਕਾਂਗਰਸੀ ਮੰਤਰੀ ਦਾ ਨਾਂ ਲਏ ਬਿਨਾਂ ਇਹ ਕਿਹਾ ਕਿ ਲਾਂਘਾ ਖੁੱਲ੍ਹਣ ਦਾ ਕ੍ਰੈਡਿਟ ਲੈਣ ਦੀ ਭੁੱਖ ਸਿਰਫ ਇੱਕੋ ਮੰਤਰੀ ਨੂੰ ਹੀ ਹੈ। ਇਸ ਦੇ ਨਾਲ ਹੀ ਉਹਨਾਂ ਵੱਖੋ ਵੱਖਰੀਆਂ ਸਟੇਜਾਂ ਲਾਉਣ 'ਤੇ ਵੀ ਤਿੱਖੇ ਸਵਾਲ ਚੁੱਕੇ ਨੇ। ਇਹ ਲਾਂਘਾ ਖੁੱਲ੍ਹਣ ਦਾ ਉਤਸ਼ਾਹ ਮਤਲਬ ਕੰਨਿਆ ਕੁਮਾਰੀ ਤੋਂ ਲੈ ਕੇ ਜੰਮੂ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਲੋਕਾਂ ਨੂੰ ਵੇਖਣ ਨੂੰ ਮਿਲ ਰਿਹਾ। ਸੋ ਟੂ ਸਾਡੇ ਲਈ ਤਾਂ ਬੜੀ ਮਾਣ ਦੀ ਗੱਲ ਹੈ, ਜਿਵੇਂ ਗੁਰੂ ਸਾਹਿਬ ਨੇ ਇੱਕ ਸਾਂਝਾ ਉਪਦੇਸ਼ ਦਿੱਤਾ, 13-13 ਹਰੇਕ ਨੂੰ ਇੱਕ ਨਜ਼ਰ ਨਾਲ ਵੇਖਿਆ। ਸੋ ਜਦ ਕੋਈ ਆਂਧਰਾ ਪ੍ਰਦੇਸ਼ 'ਚੋਂ ਆਵੇ, ਤਮਿਲਨਾਡੂ ਤੋਂ ਆਵੇ, ਕੇਰਲਾ ਤੋਂ ਆਵੇ, ਮੈਂ ਤਾਂ ਕਹਿੰਦਾ ਸਾਰੇ ਸੂਬੇ ਦੇ ਲੋਕ ਆਉਣ, ਔਰ ਜਦ ਲੰਘਣਗੇ ਤਾਂ ਉਹਦੇ ਨਾਲ ਸ਼ਾਨ ਪੰਜਾਬੀਆਂ ਦੀ ਵਧੂਗੀ ਔਰ ਬਖਸ਼ਿਸ਼ਾਂ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਦੀ ਫਿਲੋਸਫੀ ਜਿਹੜੀ ਹੈ ਗੁਰੂ ਸਾਹਿਬ ਦੀ ਬਖਸ਼ਿਸ਼ਾਂ ਵੀ ਮਿਲਣਗੀ। 13-13 ਨੂੰ ਤਾਂ ਮੇਰਾ ਮੇਰਾ ਕਰਤਾ ਇਹਨਾਂ ਨੇ, ਉਹ ਕਹਿੰਦਾ ਮੈਂ ਸਿੱਧੀ ਜੀ ਗੱਲ ਕਰੀ, ਬਾਕੀ ਤਾਂ ਮੈਂ ਸਾਰੀ ਗੱਲ ਹੀ ਦੱਸਤੀ ਕਿ ਅਸੀਂ ਸਾਰੇ ਹੀ, ਮੈਂ ਤਾਂ ਸਭ ਆਉਣ ਰਲ ਮਿਲ ਕੇ ਮਨਾਈਏ, ਗੁਰੂ ਦੇ ਸਤਿਕਾਰ ਗੁਰੂ ਦੇ ਅਦਬ 'ਚ ਰਹਿ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸ਼ਾਨ। ਔਰ ਅਕਾਲ ਤਖਤ ਸਾਹਿਬ ਤੋਂ ਜਦੋਂ ਸੱਚੇ ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਫੈਸਲਾ ਸੁਣਾ ਤਾ, ਦੇਖੋ ਦੋ ਨੇ ਧਾਰਮਿਕ ਤੌਰ 'ਤੇ ਅਕਾਲ ਤਖਤ ਸਾਹਿਬ ਔਰ ਪੋਲੀਟੀਕਲ ਤੌਰ 'ਤੇ ਪ੍ਰਧਾਨ ਮੰਤਰੀ, ਫਿਰ ਉਹਦੇ ਬਾਅਦ ਹੀ ਸਭ ਕੁਛ ਹੈ, ਐਂਡ ਇਫ ਪ੍ਰੈਜੀਡੈਂਟ ਔਰ ਵਾਈਸ ਪ੍ਰੈਜੀਡੈਂਟ ਇਜ਼ ਕਮਿੰਗ, ਇਹਦੇ ਨਾਲ ਸ਼ਾਨ ਵਧਣੀ ਹੈ ਪੰਜਾਬੀਆਂ ਦੀ, ਘਟਣੀ ਤਾਂ ਹੈ ਨਹੀਂ, ਬਿਕੋਜ਼ ਆਫਟਰ ਆਲ ਇਟਸ ਅ ਡੈਮੋਕ੍ਰੇਸੀ। ਸਰ ਤੁਸੀਂ ਕਹਿੰਦੇ ਹੋ ਕਿ ਜਿਸ ਤਰ੍ਹਾਂ ਫੰਕਸ਼ਨ ਜਿਹੜਾ ਵਾ ਗਵਰਨਮੈਂਟ ਆਫ ਇੰਡੀਆ ਦੇ ਥੱਲੇ ਆਉਂਦਾ, ਉੱਤੋਂ SCPC ਧਾਰਮਿਕ ਉਹਦੀਆਂ ਰੀਤੀ ਰਿਵਾਜ਼ਾਂ ਵਾਸਤੇ ਉੱਥੇ ਇਨਵੋਲਵਡ ਆ, ਫਿਰ ਇਹ ਮੰਤਰੀ ਜਿਹੜੇ ਚਿੱਠੀਆਂ ਲਿਖ ਰਹੇ ਨੇ ਉੱਤੇ ਪ੍ਰਧਾਨ ਮੰਤਰੀ ਨੂੰ ਕਿ ਸਾਡੀ ਸਟੇਟ ਪਹਿਲਾਂ ਕੀਤੀ ਗਈ ਜੀ, ਇਹ ਜਾਣ ਕੇ ਵਿੱਚ ਪ੍ਰੋਪੋਗੰਡਾ ਕਰ ਲਿਆ ਗਿਆ ਜੀ ਮੌਕੇ? ਅਸਲ 'ਚ ਨਾ ਜੀ ਮੈਂ ਕੁਛ ਕਹਿਣਾ ਨਹੀਂ ਚਾਹੁੰਦਾ, ਮਗਰ ਮੰਤਰੀ ਜੀ ਨੂੰ ਬਲੱਡ ਪ੍ਰੈਸ਼ਰ ਦੀ ਬਿਮਾਰੀ, ਚਿੱਠੀ ਤੁਸੀਂ ਪ੍ਰੋਟੋਕੋਲ ਜੇ ਫੋਲੋ ਕਰੋ ਨਾ, ਚਿੱਠੀ ਵੀ ਜੇ ਮੰਤਰੀ ਨੂੰ ਕੋਈ ਪ੍ਰੋਬਲਮ ਹੈ ਉਹ ਚੀਫ ਮਿਨਿਸਟਰ ਨੂੰ ਲਿਖਦਾ, ਐਂਡ ਚੀਫ ਮਿਨਿਸਟਰ ਸਾਹਿਬ ਸਟੇਟ ਦਾ ਹੈੱਡ ਹੈ ਚੀਫ ਮਿਨਿਸਟਰ, ਚੀਫ ਮਿਨਿਸਟਰ ਵਿਲ ਦੈਨ ਰਾਈਟ ਟੂ ਦਾ ਗਵਰਨਮੈਂਟ ਆਫ ਇੰਡੀਆ। ਸੋ ਜਿਹਨਾਂ ਨੂੰ ਪ੍ਰੋਟੋਕੋਲ ਭੁੱਲਿਆ ਪਿਆ ਫੋਰ ਪਰਸਨਲ ਰੀਜ਼ਨ, ਦੇ ਸ਼ੁੱਡ ਆਨਸਰ ਇਟ, ਬਟ ਆਈ ਫੀਲ ਚੀਫ ਮਿਨਿਸਟਰ ਇਜ਼ ਕਮਿੰਗ ਫੋਰ ਦਿਸ ਪ੍ਰੋਗਰਾਮ। ਸੋ ਟੂ ਸਟੇਜਿਸ ਕਿਉਂ ਲਾ ਰਹੇ ਆ, ਕਿਉਂ ਵੱਖਰੇਵਾ ਪੈਦਾ ਕਰ ਰਹੇ, ਇਹ ਉਹ ਜਵਾਬ ਦੇਣ, ਮਗਰ ਕਿਉਂਕਿ ਲਾਈਕ ਹੈ, ਦੇਖੋ ਫੰਡਾਮੈਂਟਲੀ ਇੱਕ ਚੀਜ਼ ਬੜੀ ਕਲੀਅਰ ਰੱਖਿਓ ਕਿ ਇੰਟਰਨੈਸ਼ਨਲ ਬਾਰਡਰਸ ਦੀ ਗੱਲ ਹੈ, ਉਹ ਗਵਰਨਮੈਂਟ ਆਫ ਇੰਡੀਆ ਦੇ ਡੋਮੇਨ ਥੱਲੇ ਆਉਂਦਾ। ICP ਪਹਿਲਾਂ ਵੀ ਕਈ ਖੁੱਲ੍ਹੇ ਆ, ਉਹ ਵੀ ਗਵਰਨਮੈਂਟ ਆਫ ਇੰਡੀਆ ਦੀ ਡੋਮੇਨ ਥੱਲੇ ਆਉਂਦਾ। ਸੋ ਫੈਡਰਲ ਸਟਰਕਚਰ 'ਚ ਜੋ ਜ਼ਿੰਮੇਵਾਰੀ ਜਿਹਦੀ ਆ ਉਹਦੇ ਤੋਂ ਤੁਸੀਂ ਦੂਰ ਜਾ ਨਹੀਂ ਸਕਦੇ, ਔਰ ਉਹਦੇ 'ਚ ਪ੍ਰਧਾਨ ਮੰਤਰੀ ਸਾਹਿਬ ਦੀ ਜਿਹੜੀ ਇਹ ਵਿਜ਼ਿਟ ਹੈ ਡੈਮੋਕ੍ਰੇਸੀ 'ਚ ਸਭ ਤੋਂ ਵੱਡੀ ਪੋਸਟ ਪ੍ਰਧਾਨ ਮੰਤਰੀ ਦੀ ਹੈ, ਔਰ ਉਹਨਾਂ ਨੇ ਸਭ ਨੂੰ ਜਿਵੇਂ ਆਈ ਸੈਡ ਚੀਫ ਮਿਨਿਸਟਰ ਇਜ਼ ਆਲਸੋ ਕਮਿੰਗ ਟੂ ਦ ਸੇਮ ਸਟੇਜ, ਅਤੇ ਸਾਰੇ ਸਤਿਕਾਰ ਨਾਲ ਆ ਰਹੇ, ਔਰ ਧਾਰਮਿਕ ਤੌਰ 'ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ
ਜਿੱਥੇ ਵਿਰਾਜਮਾਨ ਹੋਣਗੇ ਉੱਥੇ ਸਾਰਾ ਕੁਛ ਹੀ ਵਿੱਚ। ਉੱਧਰ ਇਸ ਮੌਕੇ ਬੋਲਦਿਆਂ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ ਸਮਾਗਮ ਭਾਰਤ ਸਰਕਾਰ ਵੱਲੋਂ ਕਰਵਾਇਆ ਜਾ ਰਿਹਾ ਅਤੇ ਉਹਨਾਂ ਵੱਲੋਂ ਹੀ ਸਟੇਜ ਅਤੇ ਬਾਕੀ ਪ੍ਰਬੰਧਾਂ ਦੀ ਜ਼ਿੰਮੇਵਾਰੀ ਸ਼੍ਰੋਮਣੀ ਕਮੇਟੀ ਨੂੰ ਸੌਂਪੀ ਗਈ ਹੈ। ਗੁਰੂ ਨਾਨਕ ਸਾਹਿਬ ਦਾ 550 ਸਾਲਾ ਚੱਲ ਰਿਹਾ, ਸਾਨੂੰ ਫਾਲੋ ਕਰਨਾ ਚਾਹੀਦਾ ਗੁਰੂ ਨਾਨਕ ਸਾਹਿਬ। ਪਾਰਟੀਆਂ ਗੁਰੂ ਨਾਨਕ ਸਾਹਿਬ ਦੀ ਫਿਲੋਸਫੀ ਤੋਂ ਉੱਪਰ ਨਹੀਂ ਹੈਗੀਆਂ। ਜਦੋਂ ਫਾਲੋ ਕਰਨਾ ਹੁੰਦਾ ਤਾਂ ਸਿਧਾਂਤਾਂ ਨੂੰ ਫਾਲੋ ਕਰਨਾ ਚਾਹੀਦਾ, ਜਿਹੜੇ ਸਾਡੇ ਗੁਰੂ ਸਾਹਿਬਾਨ ਹੈ ਉਹਨਾਂ ਨੂੰ ਫਾਲੋ ਕਰਨਾ ਚਾਹੀਦਾ। ਮੈਂ ਗਲਤ ਹੋ ਸਕਦਾ 50 ਜਗ੍ਹਾ 'ਤੇ, ਮੇਰੇ ਨਾਲ ਕੋਈ ਵੱਖਰੀ ਵਿਚਾਰਧਾਰਾ ਰੱਖਣ ਵਾਲਾ ਕੋਈ ਵੀਰ ਉਹ ਕਿਸੇ ਥਾਂ 'ਤੇ ਗਲਤ ਹੋ ਸਕਦਾ, ਮੇਰੇ ਨਾਲੋਂ ਘੱਟ ਥਾਂ 'ਤੇ ਗਲਤ ਹੋ ਸਕਦਾ। ਪਰ ਜਿਹੜਾ ਸਾਨੂੰ ਸਿਧਾਂਤ ਗੁਰੂ ਸਾਹਿਬ ਨੇ ਦਿੱਤਾ ਸਮਾਜਿਕ ਬਰਾਬਰਤਾ ਦਾ, ਸਾਂਝੀ ਵਾਲਤਾ ਦਾ, ਉੱਥੇ ਸਾਰਿਆਂ ਨੂੰ ਇਸ ਮੌਕੇ ਆਪਾਂ ਉਹਦੇ 'ਤੇ ਚੱਲਣ ਦਾ ਸਾਰਿਆਂ ਨੂੰ ਪ੍ਰਣ ਕਰਨਾ ਚਾਹੀਦਾ। ਉਹਨਾਂ ਸਿਧਾਂਤਾਂ ਦੇ ਉੱਤੇ ਹੁਣ ਪਹਿਰਾ ਦੇਣ ਦੀ, ਉਹਨਾਂ ਪੌੜੀਆਂ 'ਤੇ ਚੱਲਣ ਦੀ ਲੋੜ ਆ, ਉਹ ਸਾਨੂੰ ਸਾਹਮਣੇ ਰੱਖਣਾ ਚਾਹੀਦਾ। ਇਹ ਰਾਜਨੀਤਿਕ ਝਗੜੇ ਤਾਂ ਨਾ ਕਦੇ ਮੁੱਕੇ ਆ ਨਾ ਕਦੇ ਮੁੱਕਦੇ, ਪਰ ਇਹ ਛੋਟੇ ਕੰਮ ਆ। ਹੁਣ ਜਿਹੜਾ ਵੱਡਾ ਮੌਕਾ ਉੱਥੇ ਸਾਰਿਆਂ ਨੂੰ, ਸਾਡੀ ਤਾਂ ਇਹੀ ਦਲੀਲ ਇੱਛਾ ਕਿ ਸਾਰੇ ਇਕੱਠੇ ਹੋਣੇ ਚਾਹੀਦੇ ਆ। ਇੱਥੇ ਕੋਈ ਵਿਕਰ ਧਰਮਾਂ ਤੋਂ ਉੱਪਰ ਉੱਠ ਕੇ ਲੋਕ ਨਨਕਾਣਾ ਸਾਹਿਬ ਤੋਂ ਨਗਰ ਕੀਰਤਨ ਚੱਲ ਕੇ ਆਇਆ, ਸਾਰੇ ਦੇਸ਼ 'ਚ ਗਿਆ, ਔਰ ਹਰ ਧਰਮ ਦੇ ਜਿਹੜੀ ਸੰਸਥਾ ਸੀ ਉਹਨਾਂ ਨੇ ਬਾਹਰ ਆ ਕੇ ਸੜਕਾਂ ਦੇ ਉੱਤੇ ਲੰਗਰ ਲਗਾਏ, ਸੇਵਾ ਕੀਤੀ, ਉੱਥੇ ਸਫਾਈਆਂ ਕੀਤੀਆਂ, ਹਰ ਕੋਈ ਕੀਤਾ। ਇਹੀ ਜਿਹੜੀ ਅਸਲੀ ਜਿਹੜੀ ਹੈ ਸੰਗਤ ਤੋਂ ਵੀ ਸਿੱਖਿਆ ਜਾ ਸਕਦਾ, ਔਰ ਗੁਰੂਆਂ ਤੋਂ ਜਿਹੜੀ ਹੈ ਉਹਨਾਂ ਦੇ ਸਿਧਾਂਤਾਂ ਤੋਂ ਸਿੱਖਣ ਦੀ ਲੋੜ ਹੈ। ਉਹਦੇ ਹਿਸਾਬ ਨਾਲ ਤੁਹਾਨੂੰ ਵੀ ਮੈਂ ਬੇਨਤੀ ਕਰਦਾ ਕਿ ਇਹਨਾਂ ਦਿਨਾਂ 'ਚ ਕੋਈ ਤਿੱਖਾ ਬਿਆਨ ਦੇਵੇ ਵੀ ਤਾਂ ਛਾਪੋ ਹੀ ਨਾ, ਤੁਹਾਡੀ ਇੰਨੀ ਸੇਵਾ ਨਾਲ ਹੀ ਬਹੁਤ ਸਮਾਗਮ ਦੇ ਚਾਰ ਚੰਨ ਲੱਗ ਜਾਣੇ ਆ, ਤੇ ਤੁਸੀਂ ਵੀ ਅਹਿਮੀਅਤ ਉਸ ਗੱਲ ਨੂੰ ਦਿਓ, ਸਗੋਂ ਚੰਗੀ ਗੱਲ। ਦੇਖੋ ਇਹ ਪਹਿਲੀ ਵਾਰੀ ਹੈ ਕਿ ਗਵਰਨਮੈਂਟ ਆਫ ਇੰਡੀਆ ਦਾ ਕੋਈ ਸਮਾਗਮ, ਜਿਹੜਾ ਅਸੀਂ ਚੇਚੇ ਤੌਰ 'ਤੇ ਧੰਨਵਾਦ ਵੀ ਕਰਦੇ ਹਾਂ ਪ੍ਰਧਾਨ ਮੰਤਰੀ ਜੀ ਦਾ, ਕਿ ਉਹਨਾਂ ਨੇ ਕਿਹਾ ਕਿ ਕਿਉਂਕਿ ਈਵੈਂਟ ਜਿਹੜਾ ਗੁਰੂ ਨਾਨਕ ਸਾਹਿਬ ਦੇ ਨਾਲ ਜੁੜਿਆ, 550 ਸਾਲਾਂ ਨਾਲ ਜੁੜਿਆ, ਜਿਹੜਾ ਮਕਸਦ ਆ ਉਹ ਦਰਸ਼ਨ ਦਦਾਰੇ ਗੁਰਧਾਮਾਂ ਦੇ ਕਰਾਉਣ ਨਾਲ ਹੈ। ਇਸ ਕਰਕੇ ਸ਼ੁਰੂਆਤ ਵੀ ਜਿਹੜੀ ਹੈ ਪਾਠ ਦੇ ਨਾਲ, ਕੀਰਤਨ ਦੇ ਨਾਲ, ਉਸੇ ਤਰੀਕੇ ਸੰਗਤੀ ਰੂਪ 'ਚ ਕੀਤੀ ਜਾ। ਇਹ ਪਹਿਲੀ ਵਾਰੀ ਹੋਇਆ, ਨਹੀਂ ਤਾਂ ਗਵਰਨਮੈਂਟ ਆਫ ਇੰਡੀਆ ਦੇ ਸਮਾਗਮ ਜਿਹੜੇ ਆ ਉਹ ਹਮੇਸ਼ਾ ਹੀ ਦੂਜੀ ਤਰ੍ਹਾਂ ਜਿਹੜੇ ਹੈਗੇ ਹੁੰਦੇ ਆ, ਇਸ ਗੱਲ ਨੂੰ ਅਹਿਮੀਅਤ ਜਿਹੜੀ ਹੈ ਉਹ ਦਿੱਤੀ ਗਈ। ਔਰ ਜਿਹੜੀ ਸਟੇਜ ਦੀ ਜ਼ਿੰਮੇਵਾਰੀ ਹੈਗੀ ਹੈ, ਧਾਰਮਿਕ ਕੰਮ ਮਰਿਆਦਾ ਦੇ ਮੁਤਾਬਕ ਹੋਵੇ, ਉਹ ਸਾਰੀ ਜ਼ਿੰਮੇਵਾਰੀ ਉਹਨਾਂ ਨੇ ਜਿਹੜੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿੱਤੀ। ਵੈਸੇ ਜਿੰਨੇ ਸਮਾਗਮ ਸੀਗੇ ਸ਼ੁਰੂ ਤੋਂ ਪਹਿਲਾਂ, ਜਦੋਂ ਪ੍ਰਧਾਨ ਮੰਤਰੀ ਦੇ ਲੈਵਲ ਦੇ ਉੱਤੇ ਕਮੇਟੀ ਬਣੀ, ਹੋਮ ਮਿਨਿਸਟਰ ਸਾਹਿਬ ਲਗਾਤਾਰ ਉਹਦੀਆਂ ਮੀਟਿੰਗਾਂ ਕਰਦੇ ਆ, ਉਦੋਂ ਤੋਂ ਹੀ ਇੱਕ ਨੌਲੇਜ ਪਾਰਟਨਰ ਦੇ ਤੌਰ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ, ਕਿਉਂਕਿ ਸਾਰਾ ਕੰਮ ਜਿਹੜਾ ਹੈਗਾ ਧਾਰਮਿਕ ਹੈ, ਸ਼ੁਰੂ ਤੋਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਹਨਾਂ ਨੇ ਹਲਕਾ ਦੇ ਉੱਤੇ, ਜੇ ਦੇਸ਼ ਦੇ ਬਾਹਰ ਵੀ ਕਿਤੇ ਕੁਝ ਕੀਤਾ, ਦੂਜੀ ਸਟੇਟ 'ਚ ਵੀ ਕੀਤਾ, ਉਦੋਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਮੇਸ਼ਾ ਉਹਨਾਂ ਦੇ ਨਾਲ ਸਹਿਯੋਗ ਵਾਸਤੇ, ਮਰਿਆਦਾ ਦੀ ਜਾਣਕਾਰੀ ਰੱਖਣ ਵਾਸਤੇ, ਸਾਰੀ ਚੀਜ਼ਾਂ ਵਾਸਤੇ ਰੱਖਿਆ। ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਕਮੇਟੀ ਅਤੇ ਪੰਜਾਬ ਸਰਕਾਰ ਵਿਚਾਲੇ ਰੇੜਕਾ ਰੁਕ ਹੀ ਨਹੀਂ ਰਿਹਾ। ਇੱਕ ਪਾਸੇ ਪੰਜਾਬ ਸਰਕਾਰ ਸ਼੍ਰੋਮਣੀ ਕਮੇਟੀ ਉੱਤੇ ਬਾਦਲ ਪਰਿਵਾਰ ਦਾ ਪੱਖ ਪੂਰਨ ਦੇ ਇਲਜ਼ਾਮ ਲਾ ਰਹੀ ਹੈ, ਉੱਥੇ ਹੀ ਦੂਜੇ ਪਾਸੇ ਸ਼੍ਰੋਮਣੀ ਕਮੇਟੀ ਕੈਪਟਨ ਸਰਕਾਰ ਦੇ ਪ੍ਰਬੰਧਾਂ 'ਤੇ ਸਵਾਲ ਚੁੱਕ ਰਹੀ ਹੈ। ਅਜਿਹੇ ਵਿੱਚ ਹੁਣ ਪ੍ਰਧਾਨ ਮੰਤਰੀ ਦੇ ਬੈਠਣ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ। ਦੇਖਣਾ ਹੋਵੇਗਾ ਕਿ 9 ਨਵੰਬਰ ਨੂੰ ਉਦਘਾਟਨ ਸਮਾਗਮਾਂ ਮੌਕੇ ਵੱਖੋ ਵੱਖਰੀਆਂ ਲੱਗ ਰਹੀਆਂ ਸਟੇਜਾਂ ਤੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਦੀ ਗੱਲ ਹੁੰਦੀ ਹੈ ਜਾਂ ਫਿਰ ਹੋਰਨਾਂ ਧਾਰਮਿਕ ਸਮਾਗਮਾਂ ਮੌਕੇ ਲੱਗਣ ਵਾਲੀਆਂ ਸਟੇਜਾਂ ਵਾਂਗੂ, ਇੱਥੇ ਵੀ ਇੱਕ ਦੂਜੇ 'ਤੇ ਹੀ ਨਿਸ਼ਾਨੇ ਸਾਧੇ ਜਾਣਗੇ। ਬਿਊਰੋ ਰਿਪੋਰਟ, ਪੰਜਾਬੀ ਲੋਕ ਚੈਨਲ।